ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ, ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਸਾਡੇ ਚੈਨਲ 'ਤੇ ਸਵਾਗਤ ਕਰਦੇ ਹਾਂ। ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਟੂਰਨਾਮੈਂਟ ਜੋ ਕੱਲ੍ਹ ਨੂੰ ਵੱਡੇ ਕੱਪ ਹੋਣ ਜਾ ਰਹੇ ਆ, ਵੱਡੇ ਵੱਡੇ ਸਟਾਰ ਕੱਲ੍ਹ ਨੂੰ ਖੇਡਣ ਜਾ ਰਹੇ ਆ। ਇੱਕ 61 ਵਾਲਾ ਟੂਰਨਾਮੈਂਟ ਹੈ ਅਤੇ ਇੱਕ ਜੋ ਹੈ 4 ਟਰੈਕਟਰ ਵਾਲਾ, ਇੱਕੋ ਦਿਨ ਇਹ ਦੋ ਟੂਰਨਾਮੈਂਟ ਵੱਡੇ ਕੱਪ ਕੱਲ੍ਹ ਨੂੰ ਹੋਣੇ ਆ, ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਇਸ ਵਾਲੀ ਵੀਡੀਓ ਦੇ ਵਿੱਚ। ਪਹਿਲੇ ਕੱਪ ਦੀ ਗੱਲ ਕਰੀਏ ਤਾਂ ਨਾਨਕਸਰ ਕਲੇਰਾਂ ਜਗਰਾਓਂ ਜ਼ਿਲ੍ਹੇ ਦੇ ਵਿੱਚ ਵੱਡਾ ਟੂਰਨਾਮੈਂਟ ਹੋਣ ਜਾ ਰਿਹਾ। 2 ਲੱਖ ਪਹਿਲਾ ਇਨਾਮ ਅਤੇ ਦੂਜਾ ਇਨਾਮ 1.5 ਲੱਖ ਕੱਲ੍ਹ ਨੂੰ ਇਹ ਟੂਰਨਾਮੈਂਟ ਨਾਨਕਸਰ ਕਲੇਰਾਂ ਦੇ ਵਿੱਚ ਕਰਵਾਇਆ ਜਾਵੇਗਾ। ਬੈਸਟ ਰੇਡਰ ਅਤੇ ਜਾਫੀ ਨੂੰ 4,3600 ਅਤੇ ਦੋਸਤੋ ਅਗਲਾ ਟੂਰਨਾਮੈਂਟ ਹੈ ਜੋ ਸੁਧਾਰ ਪੱਤੀ ਧਾਲੀਵਾਲ ਦੇ ਵਿੱਚ 61-11 ਦੇ ਫੈਸਲੇ ਹੋਣੇ ਆ। ਪਹਿਲਾ ਇਨਾਮ 1,00,000 ਅਤੇ ਦੂਜਾ ਇਨਾਮ 75,000। ਓਪਨ ਦੇ ਵਿੱਚ 3 ਖਿਡਾਰੀ ਬਾਹਰੋਂ ਰੱਖੇ ਗਏ ਆ। ਵੱਡੇ ਵੱਡੇ ਸਟਾਰ ਇਸ ਕੱਪ 'ਤੇ ਖੇਡਣ ਜਾ ਰਹੇ ਆ। ਵਧੀਆ ਟੀਮਾਂ ਤੁਹਾਨੂੰ ਇੱਕ ਹਰਿਆਣੇ ਦਾ ਸ਼ੀਲੂ ਮੁੰਡਾ ਚਾਰ-ਚਾਰ ਹਰ ਥਾਂ 'ਤੇ ਹੀ ਬੱਲੇ ਬੱਲੇ ਕਰਵਾ ਦਿੰਦਾ, ਉਹ ਵੀ ਇਸ ਕੱਪ 'ਤੇ ਖੇਡੇਗਾ। ਕੱਲ੍ਹ ਨੂੰ ਟੀਮ ਦੀ ਵੀ ਜਾਣਕਾਰੀ, ਪਲੇਅਰਾਂ ਦੀ ਵੀ ਸਾਰੀ ਜਾਣਕਾਰੀ ਦੇਵਾਂਗੇ। ਇੱਥੇ ਜੋ ਹੈ ਸ਼ੀਲੂ ਤੁਹਾਨੂੰ ਕੱਲ੍ਹ ਨੂੰ ਦੇਖਣ ਨੂੰ ਮਿਲੂਗਾ। ਵਧੀਆ ਮੈਚ ਇੱਥੇ ਵੀ ਹੋਣਗੇ ਅਤੇ ਨਾਨਕਸਰ ਕਲੇਅਰਾਂ ਦੇ ਵਿੱਚ ਆਲ ਓਪਨ ਦੇ ਮੈਚ ਆ। ਇੱਥੇ ਓਪਨ ਦੇ ਮੈਚ ਸੁਧਾਰ ਦੇ ਵਿੱਚ 3 ਖਿਡਾਰੀ ਬਾਹਰੋਂ ਆ ਅਤੇ ਨਾਨਕਸਰ ਕਲੇਅਰਾਂ ਦੇ ਵਿੱਚ ਆਲ ਓਪਨ ਦੇ ਮੈਚ ਆ, ਉੱਥੇ ਵੀ ਵਧੀਆ ਮੈਚ ਹੋਣਗੇ। ਬਾਕੀ ਇਹ ਦੋ ਵੱਡੇ ਕੱਪਾਂ ਬਾਰੇ ਜਾਣਕਾਰੀ ਦੇਣੀ ਸੀ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ। ਧੰਨਵਾਦ।